ਸੀ ਮਤਲਬ ਅਸੀਂ ਨਾਲੇ ਹਲਕੇ ਦੇ ਵਿੱਚ ਹਾਂ ਸਾਡੇ ਕਰੀਬ 10-15 ਪਿੰਡ ਆ ਜਿੱਥੇ ਕੱਲ ਸ਼ਾਮੀ ਦੁਪਹਿਰ ਤੋਂ ਬਾਅਦ ਬਹੁਤ ਜ਼ਿਆਦਾ ਕੜਾ ਪਿਆ ਇੰਨਾ ਕੜਾ ਪਿਆ ਕਿ ਕਿਸੇ ਦਾ ਵਿਚਾਰੇ ਦਾ ਕਿਸਾਨ ਦੇ ਪੱਠੇ ਨਹੀਂ ਬਚੇ ਸਬਜ਼ੀਆਂ ਲਾਈਆਂ ਉਹ ਖਰਾਬ ਹੋ ਗਈਆਂ ਕਣਕ ਸਾਰੀ ਖਰਾਬ ਹੋ ਗਈ 100% ਨੁਕਸਾਨ ਹੋ ਗਿਆ ਤੇ ਮੈਂ ਰਾਤੀ ਚੰਡੀਗੜ੍ਹ ਤੋਂ ਆਇਆ ਮੈਨੂੰ ਜਦੋਂ ਪਤਾ ਲੱਗਾ ਕਿ ਆਹ ਨੁਕਸਾਨ ਹੋ ਗਿਆ ਤੇ ਮੈਂ ਨਾਲ ਹੀ ਮੇਰੇ SDM ਸਾਹਿਬ ਨੇ ਤਹਿਸੀਲਦਾਰ ਸਾਹਿਬ ਪਟਵਾਰੀ ਗਰਦੌਰ ਸਾਰੇ ਅਫਸਰ ਨਾਲ ਲੈ ਕੇ ਆਏ ਤਾਂ ਜੋ ਜਲਦੀ ਤੋਂ ਜਲਦੀ ਇਹਦੀ ਗਰਦਾਵਰੀ ਹੋ ਜਾਵੇ ਤੇ ਕਿਸਾਨਾਂ ਦੀ ਜਿਹੜੀ ਸਰਕਾਰ ਮਦਦ ਕਰ ਸਕੇ ਪਰ ਮੈਂ SDM ਸਾਹਿਬ ਨੂੰ ਕਿਹਾ ਕਿ 2 ਦਿਨ 'ਚ ਇਹਨਾਂ ਪਿੰਡਾਂ ਦੀ ਸਾਰੀ ਗਰਦਾਵਰੀ ਕਰਾ ਕੇ ਇਹਦੀ ਰਿਪੋਰਟ ਭੇਜੋ ਤੇ CM ਸਾਹਿਬ ਕੋਲੋਂ ਮੁਆਵਜ਼ਾ ਲੈ ਕੇ ਜਿਹੜਾ ਇਹਨਾਂ ਕਿਸਾਨਾਂ ਨੂੰ ਦਈਏ ਦੇਖੋ ਅਸੀਂ ਮਦਦ ਕਰ ਸਕਦੇ ਹਾਂ ਪਰ ਇਹ ਪਤਾ ਨਹੀਂ ਕੁਦਰਤ ਸਾਡੇ ਨਾਲ ਪੰਜਾਬ ਨਾਲ ਕਿਉਂ ਇੰਨੀ ਨਾਰਾਜ਼ ਹੋਈ ਪਈ ਹੈ ਪਹਿਲਾਂ ਮੀਆਂ 'ਚੋਂ ਮਾਹਾਂ ਹੀ ਨਿਕਲੇ ਸੀਗੇ ਮਾਹਾਂ ਹੀ ਕੰਬਾਈਨਾਂ ਚੱਲੀਆਂ ਸੀ ਥੋੜ੍ਹਾ ਜਿਹਾ ਠਰਮਾ ਹੋਇਆ ਸੀਗਾ ਬਟ ਆ ਦੁਬਾਰਾ ਫਿਰ ਜਿੱਥੇ ਜਿੱਥੇ ਪੰਜਾਬ 'ਚ ਗੜੇ ਪੈ ਗਏ ਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੈਂ ਉਹ ਨੁਕਸਾਨ ਦੇਖ ਰਿਹਾ ਪੰਜਾਬ ਦੇ ਹੋਰ ਨੇ ਸਾਨੂੰ ਕਾਫੀ ਗੜੇ ਮਾਰੀ ਆਈ ਕਿਵੇਂ ਦੀ ਗਾਂ ਗਦਾਵਰੀ ਦੀਆਂ ਰਿਪੋਰਟਾਂ ਨਹੀਂ ਨਹੀਂ ਸਾਰੀ ਦੁਬਾਰਾ ਸਾਰੇ ਗਦਾਵਰੀ ਹੋਊਗੀ ਸਾਰੇ ਪੰਜਾਬ 'ਚ ਜਿੱਥੇ ਜਿੱਥੇ ਵੀ ਮਤਲਬ ਗੜੇ ਪਏ ਦੁਬਾਰਾ ਉੱਥੇ ਦੁਬਾਰਾ ਸਾਰੀਆਂ CM ਸਾਹਿਬ ਨੇ ਹਦਾਇਤਾਂ ਕੀਤੀਆਂ ਵੀ ਦੁਬਾਰਾ ਇਨਕੁਆਇਰੀ ਕਰਕੇ ਫਿਰ ਜਿਹੜੀਆਂ ਰਿਪੋਰਟਾਂ ਭੇਜੋ ਅਸੀਂ ਮਤਲਬ ਦੇਖੋ ਅਸੀਂ ਕਿਸਾਨ ਨੂੰ 100% ਉਹਦੀ ਮਦਦ ਕਰਨੀ ਆ ਕਿ ਉਹਦਾ ਜਿੰਨਾ ਨੁਕਸਾਨ ਹੋਇਆ ਉਹਦੀ ਮਦਦ ਕੀਤੀ ਜਾਵੇ ਔਰ ਕਰਾਂਗੇ ਪਰ ਦੇਖੋ ਸਾਡੀ ਮਦਦ ਦਾ ਵੀ ਵਿਚਾਰੇ ਕਿਸਾਨ ਦਾ ਘਰ ਵੀ ਪੂਰਾ ਅਨਾਜ ਜਿਹੜੀਆਂ ਕਣਕਾਂ ਨਾ ਤੂੜੀ ਰਹੀ ਨਾ ਦਾਣੇ ਰਹੇ ਛਟਾਲੇ ਲੋਕਾਂ ਦੇ ਖਤਮ ਹੋ ਗਏ ਕੋਈ ਖਾਣ ਲਈ ਡੰਗਰ ਪਾਉਣ ਲਈ ਕੋਈ ਪੱਠਾ ਦੇ ਦਿਆ ਸੋ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਅਸੀਂ ਮਸ਼ੀਨ ਦਾ ਵੀ ਦਾਂਗੇ ਸਬਜ਼ੀਆਂ ਦਾ ਵੀ ਦਾਂਗੇ ਜਿਹੜੀ ਜਿਹੜੀ ਚੀਜ਼ ਖਰਾਬ ਹੋਈ ਹੈ ਗੜਿਆਂ ਦਾ ਸਾਰਿਆਂ ਦਾ ਮੁਆਵਜ਼ਾ ਜਿਹੜਾ ਉਹ ਦਿੱਤਾ ਜਾਵੇ ਜਿਵੇਂ ਕਿ ਤੂੜੀ ਦਾ ਕਾਫੀ ਨੁਕਸਾਨ ਤੁਸੀਂ ਵੀ ਗੱਲ ਕੀਤੀ ਹੈ ਬੰਦੀ ਦੀ ਨਹੀਂ ਬਾਲਦੀ ਦੀ ਅੱਜ ਕਾਹੀ ਪਾਬੰਦੀ ਲਾਵਾਂਗੇ ਉਹ ਕਿਹਾ ਸੀਗਾ ਆਲਰੇਡੀ ਕੀਤਾ ਸੀਗਾ ਪਰ ਅਜੇ ਤਾਂ ਸ਼ੁਰੂ ਹੋਇਆ ਇਹ ਕੰਮ ਅਜੇ ਤਾਂ ਮਤਲਬ ਸ਼ੁਰੂ ਹੋਇਆ ਤਾਂ ਅਸੀਂ ਪਹਿਲਾਂ ਪਲਾਨ ਕੀਤੀ ਵੀ ਇੰਡਸਟਰੀ ਨੂੰ ਤੂੜੀ ਨਹੀਂ ਜਾਣਦੇ ਨੀ ਇੱਥੇ ਹੀ ਡੰਗਰਾਂ ਦੇ ਚਾਰੇ ਵਾਸਤੇ ਤੂੜੀ ਜਿਹੜੀ ਰੱਖਾਂਗੇ ਸਮਝਦੇ ਕਿਹਦੀ ਗੱਲ ਪਰ ਵੇਖੋ ਜਦੋਂ ਇੱਦਾਂ ਦੀਆਂ ਆਫਤਾਂ ਆਉਂਦੀਆਂ ਉਦੋਂ ਲਾਜ਼ਮੀ ਕੁਝ ਚੀਜ਼ਾਂ ਦੀ ਮਤਲਬ ਕੀਮਤ ਜਿਹੜੀ ਵੱਧ ਜਾਂਦੀ ਆ ਕਈ ਲੋਕ ਬਲੈਕਮੇਲਿੰਗ ਕਰਨ ਲੱਗ ਪੈਂਦੇ ਸਮਝਦੇ ਕਿਹਦੀ ਗੱਲ ਉਹਨਾਂ ਹੁੰਦਾ ਕਿ ਅਸੀਂ ਪੈਸੇ ਕਮਾ ਲਈਏ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਜਿੰਨਾ ਨੁਕਸਾਨ ਹੋਇਆ ਉਹਨਾਂ ਦੀ ਮਦਦ ਕਰੀਏ ਸੋ ਕੋਈ ਨਹੀਂ ਉਹਦੇ ਲੰਘ ਗਿਆ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਹੁਣ ਅੱਗੇ ਸਾਡੇ ਤੇ ਮਤਲਬ ਸਾਰਿਆਂ ਤੇ ਮੇਲ ਭਰਿਆ ਹੱਥ ਰੱਖੇ ਸਰਕਾਰ ਜਿੰਨਾ ਕੁਝ ਕਰ ਸਕਦੀ ਹੈ ਜੀ ਕਿਸਾਨਾਂ ਦੇ ਨਾਲ ਉਹ ਉਨੀ ਮਦਦ ਜਿਹੜੀ ਪੂਰੀ ਕਰੋ ਕੀ ਲੱਗਦਾ ਜ਼ਮੀਨਦਾਰਾਂ ਨੂੰ ਵੀ ਮਦਦ ਕਰਨੀ ਚਾਹੀਦੀ ਜਿਹੜਾ ਨੁਕਸਾਨ ਹੋਇਆ ਜਿਨ੍ਹਾਂ ਦਾ ਲਾਗਲੇ ਜ਼ਮੀਨਦਾਰਾਂ ਨੂੰ ਵੀ ਵੇਖੋ ਉਹ ਤੇ ਸਾਡਾ ਜਿਹੜਾ ਸਿੱਖ ਧਰਮ ਹੈ ਉਹ ਸਾਨੂੰ ਹਮੇਸ਼ਾ ਹੀ ਇਹ ਸਿਖਾਉਂਦਾ ਔਰ ਜਦੋਂ ਵੀ ਕਿਤੇ ਆਫਤਾਂ ਆਈਆਂ ਲੋਕਾਂ ਦੀ ਮਦਦ ਕੀਤੀ ਇੱਕ ਦੂਜੇ ਨੇ ਹੁਣ ਵੀ ਕਰਨਗੇ ਜਿੱਥੇ ਜਿੱਥੇ ਨੁਕਸਾਨ ਹੋਇਆ ਇਹ ਮੇਰੇ ਕਹਿਣ ਦਾ ਨਹੀਂ ਇਹ ਤਾਂ ਲਾਜ਼ਮੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਔਰ ਬਹੁਤ ਵਾਰ ਇੱਦਾਂ ਦੀ ਆਫਤਾਂ ਆਈਆਂ ਤੇ ਲੋਕ ਇੱਕ ਦੂਜੇ ਦੇ ਨਾਲ ਮਤਲਬ ਆਪਣੇ ਪਿੰਡਾਂ ਦੇ ਧੜੇ ਧੁਰੇ ਭਲਾ ਭਲੂ ਕੇ ਪਾਰਟੀਆਂ ਪਵਾ ਕੇ ਉਹ ਅੱਗੇ ਆਉਂਦੇ ਹੁਣ ਵੀ ਆਉਣਗੇ ਜਿੱਥੇ ਜਿੱਥੇ ਕਿਤੇ ਨੁਕਸਾਨ ਹੋਇਆ ਅਸੀਂ ਵੀ ਆਵਾਂਗੇ ਲੋਕ ਵੀ ਆਉਣਗੇ ਅੱਗੇ ਕੋਈ ਮਤਲਬ ਇਹ ਨਹੀਂ ਹੈ ਕਿ ਇਹਨਾਂ ਨੂੰ ਮਤਲਬ ਇੱਦਾਂ ਛੱਡ ਦਿੱਤਾ ਜਾਊਗਾ ਕਿ ਵਿਚਾਰੇ ਇਹਨਾਂ ਦੀ ਕੋਈ ਮਦਦ ਨਹੀਂ ਕਰੂਗਾ ਸਭ ਲੋਕ ਇਹਨਾਂ ਦੀ ਮਦਦ ਕਰਦੇ ਹਾਂਜੀ ਥੈਂਕ ਯੂ